ਬਰਨਾਲਾ ਸ਼ਹਿਰ ਨੂੰ ਕ੍ਰਾਈਮ ਫਰੀ ਬਣਾਉਣ ਲਈ ਬਰਨਾਲਾ ਪੁਲਿਸ ਵੱਲੋਂ ਪੂਰੀ ਤਰ੍ਹਾਂ ਨਾਲ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ, ਜਿਸ ਦੇ ਚੱਲਦੇ ਬਰਨਾਲਾ ਪੁਲਿਸ ਵੱਲੋਂ ਬਰਨਾਲਾ ਵਿਖੇ 130 ਨਵੇਂ ਕੈਮਰੇ ਲਗਾਏ ਜਾ ਰਹੇ ਨੇ। ਇਸ ਸੰਬੰਧੀ DSP ਸਿਟੀ ਸਤਵੀਰ ਸਿੰਘ ਬੈਂਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਲਾਨ ਦੇ ਅਧੀਨ ਬਰਨਾਲਾ ਜ਼ਿਲ੍ਹੇ 'ਚ ਮਾਣਯੋਗ SSP ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਨੈਚਿੰਗ ਅਤੇ ਚੋਰੀ ਆਦਿ ਹੋਰ ਕ੍ਰਾਈਮਸ ਦੀ ਜ਼ਿਲ੍ਹਾ ਲੈਵਲ ਉੱਤੇ ਕ੍ਰਾਈਮ ਮੈਪਿੰਗ ਕੀਤੀ ਗਈ ਹੈ। ਪਿਛਲੇ 2-3 ਸਾਲਾਂ ਦੇ ਕ੍ਰਾਈਮ ਨੂੰ ਵਾਚਦੇ ਹੋਏ ਮੈਪਿੰਗ ਦੇ ਆਧਾਰ 'ਤੇ ਸਾਰੇ ਹੋਟਸਪੋਟ ਉੱਤੇ CCTV ਕੈਮਰੇ ਲਗਾਏ ਜਾ ਰਹੇ ਨੇ। ਹਾਂਜੀ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਰਾਤੇ ਸ਼ੁਰੂ ਹੋ ਚੁੱਕੇ ਨੇ ਅਤੇ ਤਿਉਹਾਰੀ ਸੀਜ਼ਨ ਜਿਹੜਾ 2024 ਦਾ ਉਹ ਸਟਾਰਟ ਹੋ ਰਿਹਾ। ਸੋ ਬਰਨਾਲਾ ਸ਼ਹਿਰ ਵਿੱਚ ਵੀ ਬਹੁਤ ਸਾਰੇ ਮੰਦਰਾਂ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਰਾਮਲੀਲਾ ਵੱਖ ਵੱਖ ਥਾਵਾਂ 'ਤੇ ਕਰਵਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸ਼ੋਭਾ ਯਾਤਰਾ ਵੀ ਨਿਕਲਣਗੀਆਂ ਅਤੇ ਦੁਸਹਿਰੇ ਦਾ ਪ੍ਰੋਗਰਾਮ ਵੀ ਮਨਾਇਆ ਜਾਵੇਗਾ, ਉਸ ਤੋਂ ਬਾਅਦ ਦਿਵਾਲੀ ਦਾ ਪ੍ਰੋਗਰਾਮ ਮਨਾਇਆ ਜਾਏਗਾ। ਸੋ ਇਹ ਸਾਰੇ ਗੱਲਬਾਤ ਨੂੰ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਬਰਨਾਲਾ ਪੁਲਿਸ ਵੱਲੋਂ ਬੜਾ ਹੀ ਇਲੈਬੋਰੇਟ ਸਿਕਿਉਰਿਟੀ ਪਲਾਨ ਬਣਾਇਆ ਗਿਆ, ਸੋ ਦੈਟ ਜਿਹਦੇ ਵਿੱਚ ਅਸੀਂ ਧਾਰਮਿਕ ਸਥਾਨਾਂ ਦੀ ਚੈਕਿੰਗ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, ਜੁਐਲਰੀ ਸ਼ੋਪਸ ਨੇ ਅਤੇ ਬੈਂਕਸ ਨੇ, ਉਹਨਾਂ ਦੀ ਚੈਕਿੰਗ ਕਰ ਰਹੇ ਹਾਂ, ਕਿਉਂਕਿ ਇਹ ਤਿਉਹਾਰ ਦੇ ਸੀਜ਼ਨ ਦੇ ਵਿੱਚ ਕੈਸ਼ ਦਾ ਟ੍ਰਾਂਜੈਕਸ਼ਨ ਅਤੇ ਫਲੋ ਵੀ ਕਾਫੀ ਜ਼ਿਆਦਾ ਵੱਧ ਜਾਂਦਾ। ਸੋ ਆਮ ਪਬਲਿਕ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਸਾਰਾ ਸਿਕਿਉਰਿਟੀ ਪਲਾਨ ਬਣਾਇਆ ਗਿਆ, ਜਿਹਦੇ ਵਿੱਚ ਕਿ ਚੈਕਿੰਗਸ ਕੀਤੀਆਂ ਜਾ ਰਹੀਆਂ ਨੇ ਅਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਵੱਖ ਵੱਖ ਥਾਵਾਂ 'ਤੇ ਡੇਲੀ, ਅਤੇ ਪੈਟਰੋਲਿੰਗਸ ਕੀਤੀਆਂ ਜਾ ਰਹੀਆਂ ਨੇ, ਧਾਰਮਿਕ ਸਥਾਨਾਂ ਦੀ ਸਿਕਿਉਰਿਟੀ ਨੂੰ ਵੀ ਚੈੱਕ ਕੀਤਾ ਜਾ ਰਿਹਾ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਬਰਨਾਲਾ ਨਿਵਾਸੀ ਜਿਹੜਾ ਆਪਣਾ ਬੜੇ ਹੀ ਸ਼ਾਂਤ ਮਾਹੌਲ ਦੇ ਵਿੱਚ ਆਪਣੇ ਤਿਉਹਾਰਾਂ ਨੂੰ ਮਨਾ ਸਕਣ। ਸਰ, ਕੰਟਰੋਲ ਰੂਮ ਕਿੱਥੇ ਬਣਾਇਆ ਗਿਆ ਜਿਹਨਾਂ ਕੈਮਰਾ? ਇਹ ਜੀ, ਇੱਕ ਪੰਜਾਬ ਪੁਲਿਸ ਵੱਲੋਂ ਪੂਰੇ ਸਟੇਟ ਪੱਧਰ ਦੇ ਉੱਤੇ ਇੱਕ ਪ੍ਰੋਜੈਕਟ ਸਟਾਰਟ ਕੀਤਾ ਜਾ ਰਿਹਾ, ਜਿਹਦੇ ਵਿੱਚ ਮਾਣਯੋਗ DGP ਪੰਜਾਬ ਸ਼੍ਰੀ ਗੌਰਵ ਯਾਦਵ IPSG ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਰੇ ਹੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕ੍ਰਾਈਮਸ ਨੇ, ਖਾਸ ਕਰ ਸਨੈਚਿੰਗ, ਥੈਫਟ, ਲੁੱਟ ਖੋਹ, ਚੋਰੀ ਦੀਆਂ ਵਾਰਦਾਤਾਂ ਜਿੱਥੇ ਜ਼ਿਆਦਾ ਹੋ ਰਹੀਆਂ ਨੇ, ਉਹਨਾਂ ਸਾਰੇ ਕ੍ਰਾਈਮ ਨੂੰ ਐਨਾਲਾਈਜ਼ ਕਰਕੇ ਵੱਖ ਵੱਖ ਹੌਟਸਪੋਟ ਜਿਹੜੇ ਆਈਡੈਂਟੀਫਾਈ ਕੀਤੇ ਗਏ ਨੇ। ਇਸੇ ਤਰ੍ਹਾਂ ਨਸ਼ੇ ਦੀ ਵਿਕਰੀ ਨੂੰ ਲੈ ਕੇ ਜਿਹੜੇ ਜਗ੍ਹਾ ਦੇ ਵਿੱਚ ਜ਼ਿਆਦਾ ਡਰੱਗਸ ਦੀ ਪ੍ਰੋਬਲਮ ਹੈ, ਡਰੱਗਸ ਜਿਹੜੀ ਜ਼ਿਆਦਾ ਵਿਕਦਾ ਹੈਗਾ, ਉਹ ਵੀ ਹੌਟਸਪੋਟ ਆਈਡੈਂਟੀਫਾਈ ਕੀਤੇ ਗਏ ਨੇ। ਅਤੇ ਆਈਡੈਂਟੀਫਿਕੇਸ਼ਨ ਕਰਨ ਤੋਂ ਬਾਅਦ ਇਹ ਸਾਰੇ ਹੌਟਸਪੋਟ ਏਰੀਆਜ਼ ਦੇ ਵਿੱਚ ਜਿਹੜੇ ਆ CCTV ਕੈਮਰਾਜ਼ ਲਾਉਣ ਸੰਬੰਧੀ ਜਿਹੜੇ ਡਾਇਰੈਕਸ਼ਨਸ ਹੋਈਆਂ ਨੇ। ਕੱਲ੍ਹ ਵੀ ਮਾਣਯੋਗ DGP ਪੰਜਾਬ ਨੇ ਜੋ ਸਾਰੇ ਪੰਜਾਬ ਦੇ ਜ਼ਿਲ੍ਹਾ ਮੁਖੀਆਂ ਨਾਲ ਜਲੰਧਰ ਵਿਖੇ ਮੀਟਿੰਗ ਕੀਤੀ ਸੀ, ਉਹਦੇ ਵਿੱਚ ਵੀ ਜਿਹੜਾ ਇਹ CCTV ਕੈਮਰਾਜ਼ ਦੀ ਇੰਸਟਾਲੇਸ਼ਨ ਨੂੰ ਲੈ ਕੇ ਇੱਕ ਡਾਇਰੈਕਸ਼ਨ ਆਈ ਸੀ। ਸੋ ਇਸੇ ਹੀ ਪਲਾਨ ਦੇ ਅਧੀਨ ਬਰਨਾਲਾ ਜ਼ਿਲ੍ਹੇ ਵਿੱਚ ਵੀ ਜਿਹੜਾ ਸਾਡੇ ਮਾਣਯੋਗ SSP ਸ਼੍ਰੀ ਸੰਦੀਪ ਮਲਿਕ IPSG ਦੇ ਦਿਸ਼ਾ ਨਿਰਦੇਸ਼ਾਂ 'ਤੇ ਸਨੈਚਿੰਗ, ਰੋਬਰੀ, ਥੈਫਟ ਆਦਿ ਹੋਰ ਕ੍ਰਾਈਮਸ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਆ ਜ਼ਿਲ੍ਹਾ ਲੈਵਲ ਦੇ ਉੱਤੇ ਕ੍ਰਾਈਮ ਮੈਪਿੰਗ ਕੀਤੀ ਗਈ ਹੈ, ਸਾਰੇ ਪਿਛਲੇ 2-3 ਸਾਲ ਦੇ ਕ੍ਰਾਈਮ ਰਿਕਾਰਡ ਨੂੰ ਵਾਚਦੇ ਹੋਏ, ਅਤੇ ਉਹ ਮੈਪਿੰਗ ਦੇ ਆਧਾਰ 'ਤੇ ਹੀ ਉਹ ਸਾਰੇ ਹੌਟਸਪੋਟ ਆਈਡੈਂਟੀਫਾਈ ਕੀਤੇ ਗਏ ਨੇ ਅਤੇ ਉਹਨਾਂ ਹੌਟਸਪੋਟਸ ਦੇ ਉੱਤੇ ਸਾਡੇ ਵੱਲੋਂ ਜਿਹੜਾ CCTV ਕੈਮਰਾਜ਼ ਲਗਾਏ ਜਾ ਰਹੇ ਨੇ। ਅਸੀਂ ਅਰਾਊਂਡ 60 ਲੱਖ ਦੀ ਕੋਸਟ ਦੇ ਉੱਤੇ ਪੂਰੇ ਜ਼ਿਲ੍ਹੇ ਦੇ ਵਿੱਚ 130 CCTV ਕੈਮਰਾਜ਼ ਲਗਾ ਰਹੇ ਹਾਂ, ਜਿਹਦੇ ਵਿੱਚ ਕਿ ANPR ਕੈਮਰਾਜ਼ ਜਿਹੜੇ ਕਿ ਨੰਬਰ ਪਲੇਟ ਨੂੰ ਰੈਕਗਨਾਈਜ਼ ਕਰਦੇ ਨੇ ਅਤੇ ਹੋਰ HD ਕੈਮਰਾਜ਼ ਲਗਾਏ ਜਾ ਰਹੇ ਨੇ। ਬਰਨਾਲਾ ਤੋਂ ਪੱਤਰਕਾਰ ਚਮਕੌਰ ਸਿੰਘ ਗੱਗੀ ਦੀ ਰਿਪੋਰਟ।